पंजाब विच हड़ां दी मार हेठ आए समाणा हलके विच अज साबका मुख्यमंत्री कैप्टन अमरिंदर सिंह दी सपुत्री जय इंदर कौर ते कैबिनेट मंत्री चेतन सिंह जोड़े माजरा आमो सामने हो गए। हड़ां दे पानी विच ट्रैक्टर ते खड़े जय इंदर कौर हड़ दे पानी विच खड़े मंत्री जोड़े माजरा नाल बहस करदे नजर आए। ਬੀਬਾ ਜੀ ਤੁਸੀਂ ਅੱਜ ਸੱਸੀ ਗੁਜਰਾ ਆਏ ਹੋ ਕੀ ਇਸ਼ੂ ਹੋਇਆ ਇੱਥੇ? ਅਸੀਂ ਇੱਥੇ ਆਏ ਸੀ ਜੀ ਖਾਣਾ ਲੈ ਕੇ ਪਟਿਆਲੇ ਤੋਂ ਕਿਉਂਕਿ ਸਾਨੂੰ ਪਤਾ ਲੱਗ ਗਿਆ ਸੀ ਇੱਥੇ ਪੰਜ ਪਿੰਡ ਨੇ ਸੱਸੀ ਗੁਜਰਾ ਵਿੱਚ ਔਰ ਉਹਦੇ ਆਲੇ ਦੁਆਲੇ ਜਿੱਥੇ ਤਿੰਨ ਦਿਨਾਂ ਦਾ ਕੁਛ ਨਹੀਂ ਪਹੁੰਚਿਆ, ਨਾ ਪਾਣੀ ਪਹੁੰਚਿਆ ਨਾ ਖਾਣਾ ਪਹੁੰਚਿਆ। ਜਦੋਂ ਅਸੀਂ ਇੱਥੇ ਆਏ ਅਸੀਂ ਸਾਰਿਆਂ ਨੂੰ ਫੋਨ ਕੀਤਾ ਵੋਟ ਵਾਸਤੇ, ਆਰਮੀ ਨੂੰ ਪਹਿਲੇ ਕੀਤਾ ਫਿਰ ਖਾਲਸਾ ਏਡ ਨੂੰ, ਫਿਰ ਅਸੀਂ ਦੇਖਿਆ ਕਿ ਦੋ ਵੋਟਾਂ ਆ ਰਹੀਆਂ ਸੀ ਇੱਧਰ ਨੂੰ, ਅਸੀਂ ਟਰੈਕਟਰ ਨੂੰ ਰੋਕਿਆ ਕਿ ਸਾਨੂੰ ਇੱਕ ਵੋਟ ਦੇ ਦਿਓ, ਖਾਣਾ ਅਸੀਂ ਛੱਡ ਕੇ ਹੁਣੀ ਆ ਜਾਵਾਂਗੇ ਵਾਪਸ। ਕਿੰਨਾ ਟਾਈਮ ਲੱਗਦਾ ਜੀ? ਮਨਾ ਕਰਤਾ ਉੱਥੇ, ਉਹ ਚਲੋ ਕਹਿੰਦਾ ਦੇ ਦੇਗਾ, ਪਰ ਉਹ ਫਿਰ ਕਹਿੰਦੇ ਮਿਨਿਸਟਰ ਸਾਹਿਬ ਆ ਰਹੇ ਹਨ, ਤੁਸੀਂ ਤੁਹਾਨੂੰ ਨਹੀਂ ਦੇ ਸਕਦੇ ਵੋਟ। ਫਿਰ ਕਹਿੰਦੇ ਵੋਟ ਇੱਥੇ ਨਹੀਂ ਉਤਰੇਗੀ, ਹਰਿਆਣੇ ਲੈ ਕੇ ਜਾਣੀ ਹੈ ਵੋਟ। ਤਾਂ ਫਿਰ ਮੈਂ ਕਿਹਾ ਕਿਉਂ, ਇੱਥੇ ਸਾਰੇ ਲੋਕ ਖੜੇ ਨੇ, ਆਹ ਦੇਖੋ ਖੜੇ ਨੇ, ਇਹਨਾਂ ਬਾਬਾ ਜੀ ਦਾ ਜਵਾਈ ਗੁਜ਼ਰ ਗਿਆ, ਉਹਦੀ ਡੈਡ ਬੋਡੀ ਨਹੀਂ ਲੱਭ ਰਹੀ ਅੰਦਰ। ਔਰ ਅਸੀਂ ਇਹਨਾਂ ਨੂੰ ਆਖਿਆ ਕਿ ਸਾਨੂੰ ਦੇ ਦਿਓ, ਅਸੀਂ ਕਰਕੇ ਤੁਸੀਂ ਲੈ ਜਾਣਾ ਜਿੱਥੇ ਲੈ ਜਾਣੀ ਹੈ। ਮਨਾ ਕਰਤਾ, ਕਹਿੰਦੇ ਟਰੈਕਟਰ ਚਲਾਓ, ਫਿਰ ਮੈਂ ਟਰੈਕਟਰ ਤੇ ਚੜ ਗਈ। ਮੈਂ ਦੇਖੋ ਮੇਰਾ ਤਾਂ ਇਹਦੇ, ਮੈਂ ਕੀ ਕਰਨਾ ਹੈ, ਅਸੀਂ ਤਾਂ ਇੱਥੇ ਖੜੇ ਆ ਨਾ, ਪਰ ਇਹ ਲੋਕਾਂ ਦਾ ਕਿਆ ਹਾਲ ਹੋ ਰਿਹਾ ਅੰਦਰ। ਲਾਈਟ ਬੰਦ ਕੀਤੀ ਹੋਈ ਹੈ ਜੀ, ਸਪਲਾਈ ਸਾਰੀ।